ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਪੀਐਮ ਮੋਦੀ ਨੇ ਕੀਤੇ ਭਗਵਤੀ ਅਮਨ ਮੰਦਿਰ ਦੇ ਦਰਸ਼ਨ। ਵਿਵੇਕਾਨੰਦ ਰਾਕ ਮੈਮੋਰੀਅਲ 'ਚ 45 ਘੰਟੇ ਲਾਉਣਗੇ ਧਿਆਨ। ਮੋਦੀ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਸੁਰੱਖਿਆ ਦੇ ਕੀਤੇ ਗਏ ਸਖ਼ਤ ਬੰਦੋਬਸਤ। ਚੋਣ ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ ਤੇ ਲੋਕਾਂ ਨੂੰ ਸਹੂਲਤ ਦੇਣ ਦੇ ਕੀਤੇ ਬੰਦੋਬਸਤ। ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਲਈ ਲੱਗਣਗੇ ਕੂਲਰ। ਹਰੇਕ ਪੋਲਿੰਗ ਸਟੇਸ਼ਨ ਦੇ ਵੀਲ ਚੇਅਰ ਦਾ ਵੀ ਹੋਵੇਗਾ ਇੰਤਜ਼ਾਮ। ਜਰਮਨੀ ਤੋਂ ਪਰਤਿਆ ਪ੍ਰਜਵਲ ਰੇਵੰਨਾ ਸੈਕਸ ਸਕੈਂਡਲ ਮਾਮਲੇ 'ਚ ਏਅਰਪੋਰਟ ਤੋਂ ਹੋਇਆ ਗ੍ਰਿਫ਼ਤਾਰ। ਐਸਆਈਟੀ ਨੇ ਲਿਆ ਹਿਰਾਸਤ 'ਚ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਵਿਖੇ 45 ਘੰਟੇ ਦਾ ਧਿਆਨ ਲਾਉਣ ਲਈ ਪਹੁੰਚ ਗਏ ਨੇ। ਮੋਦੀ ਨੇੜਲੇ ਤਿਰੁਵਨੰਤਪੁਰਮ ਤੋਂ ਇੱਥੇ ਪਹੁੰਚੇ ਨੇ ਤੇ ਉਹਨਾਂ ਦਾ ਭਗਵਤੀ ਅਮਨ ਮੰਦਰ 'ਚ ਪੂਜਾ ਕਰਨ ਅਤੇ ਬਾਅਦ 'ਚ ਵਿਵੇਕਾਨੰਦ ਰਾਕ ਮੈਮੋਰੀਅਲ 'ਚ ਪਹੁੰਚ ਕੇ ਲਗਭਗ 2 ਦਿਨ ਤੱਕ ਧਿਆਨ ਲਾਉਣ ਦਾ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ 1 ਜੂਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਤਾਮਿਲ ਕਵੀ ਤਿਰੂਵਲਵੂਰ ਦੀ ਮੂਰਤੀ ਨੂੰ ਦੇਖਣ ਲਈ ਵੀ ਜਾ ਸਕਦੇ ਨੇ। ਮੋਦੀ ਦੇ ਇਸ ਪ੍ਰੋਗਰਾਮ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਪ੍ਰਸਿੱਧ ਹਿੰਦੂ ਸੰਤ ਵਿਵੇਕਾਨੰਦ ਦੇ ਨਾਂ 'ਤੇ ਸਮਾਰਕ ਸਮੁੰਦਰ ਦੇ ਵਿਚਕਾਰ ਸਥਿਤ ਹੈ। ਸੂਬਾਈ ਚੋਣ ਕਮਿਸ਼ਨ ਵੱਲੋਂ ਇਸ ਵਾਰ 70 ਪਾਰ ਦਾ ਟੀਚਾ ਰੱਖਿਆ ਗਿਆ। ਸੂਬੇ 'ਚ ਵੋਟਰਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਤੇ ਵੱਧਦੀ ਗਰਮੀ ਦੇ ਮੱਦੇਨਜ਼ਰ ਵੋਟਿੰਗ ਕੇਂਦਰਾਂ ਤੇ ਛਬੀਲ ਦੀ ਵਿਵਸਥਾ ਕੀਤੀ ਜਾਏਗੀ। ਇਸ ਦੇ ਨਾਲ ਨਾਲ ਕਮਿਸ਼ਨ ਵੱਲੋਂ ਕੇਂਦਰਾਂ ਤੇ ਵਾਟਰ ਕੂਲਰ ਤੇ ਪੱਖਿਆਂ ਆਦਿ ਦਾ ਵੀ ਪ੍ਰਬੰਧ ਕੀਤਾ ਜਾਏਗਾ। ਜੋ ਮਹਿਲਾ ਵੋਟਰ ਗਰਭਵਤੀ ਨੇ ਉਹਨਾਂ ਲਈ ਵੱਖਰੀ ਲਾਈਨ ਲੱਗੇਗੀ। ਉੱਥੇ ਹੀ ਵੋਟਿੰਗ ਕੇਂਦਰਾਂ ਤੇ ਕੁਰਸੀਆਂ ਦੀ ਵੀ ਵਿਵਸਥਾ ਹੋਏਗੀ। ਇਸ ਵਾਰ 70 ਪਾਰ ਦੇ ਟੀਚੇ ਦੀ ਪ੍ਰਾਪਤੀ ਲਈ ਵੋਟਿੰਗ ਪ੍ਰਕਿਰਿਆ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਸਭ ਨੂੰ ਚੋਣ 'ਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹੋਏ ਸੱਦਾ ਪੱਤਰ ਵੀ ਭੇਜੇ ਗਏ ਨੇ। ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਕਿਹਾ ਕਿ ਵੋਟਿੰਗ ਕੇਂਦਰਾਂ 'ਚ ਮਿੱਠੇ ਪਾਣੀ ਦਾ ਵੀ ਪ੍ਰਬੰਧ ਹੋਏਗਾ। ਹਰ ਕੇਂਦਰ 'ਤੇ ਵਾਟਰ ਕੂਲਰ, ਪੱਖੇ, ਬੈਠਣ ਦਾ ਪ੍ਰਬੰਧ ਤੇ ਸ਼ੈੱਡ ਹੋਣਗੇ। ਜੇ ਵੋਟਿੰਗ ਦੀ ਲਾਈਨ 'ਚ 10 ਤੋਂ ਵੱਧ ਲੋਕ ਲੱਗੇ ਹੋਣਗੇ ਤਾਂ ਬੈਠਣ ਲਈ ਕੁਰਸੀ ਦੀ ਸਹੂਲਤ ਦਿੱਤੀ ਜਾਏਗੀ। ਬੱਚਿਆਂ ਲਈ ਖਾਸ ਕਰੈਸ਼ ਰੂਮ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਵੱਖਰੀਆਂ ਲਾਈਨਾਂ ਤੇ ਹਰ ਵੋਟਿੰਗ ਕੇਂਦਰ 'ਚ ਘੱਟ ਤੋਂ ਘੱਟ ਇੱਕ ਵੀਲ ਚੇਅਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਏਗਾ। ਪੋਲਿੰਗ ਸਟਾਫ ਨੂੰ ਮੈਡੀਕਲ ਕਿੱਟਾਂ ਵੀ ਦਿੱਤੀਆਂ ਜਾਣਗੀਆਂ। ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਦੇ ਨਿੱਜੀ ਸਹਾਇਕ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਸ਼ਿਵ ਕੁਮਾਰ ਬੈਂਕਾਕ ਤੋਂ ਆਏ ਤਸਕਰ ਤੋਂ ਸੋਨੇ ਦੀ ਖੇਪ ਲੈ ਕੇ ਏਅਰਪੋਰਟ 'ਤੇ ਸੀ ਜਦੋਂ ਉਸਨੂੰ ਕਸਟਮ ਅਧਿਕਾਰੀਆਂ ਨੇ ਫੜ ਲਿਆ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਸ਼ਸ਼ੀ ਥਰੂਰ ਦਾ ਪ੍ਰੋਟੋਕੋਲ ਵਰਕਰ ਹੈ। ਉਸ ਕੋਲੋਂ ਏਅਰੋਡਰੋਮ ਐਂਟਰੀ ਪਰਮਿਟ ਵੀ ਬਰਾਮਦ ਹੋਇਆ, ਜਿਸ 'ਤੇ ਉਸਦਾ ਅਹੁਦਾ PAPS ਦਰਸਾਇਆ ਗਿਆ। ਦੂਜੇ ਪਾਸੇ ਤਸਕਰ 'ਚ ਸ਼ਿਵ ਕੁਮਾਰ ਦਾ ਨਾਂ ਆਉਣ ਤੋਂ ਬਾਅਦ ਉਸਦੇ ਹੈਂਡਲ 'ਤੇ ਸ਼ਸ਼ੀ ਥਰੂਰ ਨੇ ਸ਼ਿਵ ਕੁਮਾਰ ਨੂੰ ਆਪਣਾ ਸਾਬਕਾ ਮੁਲਾਜ਼ਮ ਦੱਸਿਆ ਤੇ ਉਸਦੀ ਹਰਕਤ 'ਤੇ ਹੈਰਾਨੀ ਪ੍ਰਗਟਾਈ ਹੈ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਕੁਮਾਰ ਇੱਥੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਪ੍ਰੋਟੋਕੋਲ ਵਰਕਰ ਵਜੋਂ ਕੰਮ ਕਰਦਾ ਹੈ। ਉਸਨੇ ਏਅਰੋਡਰੋਮ ਐਂਟਰੀ ਪਰਮਿਟ ਵੀ ਦਿਖਾਇਆ। ਕਸਟਮ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪਰਮਿਟ ਆਮ ਤੌਰ 'ਤੇ ਸੰਸਦ ਮੈਂਬਰਾਂ ਦੇ ਪ੍ਰੋਟੋਕੋਲ ਸਟਾਫ ਨੂੰ ਜਾਰੀ ਕੀਤਾ ਜਾਂਦਾ ਹੈ।
ਕਰਨਾਟਕ ਸੈਕਸ ਸਕੈਂਡਲ ਦਾ ਮੁੱਖ ਦੋਸ਼ੀ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਜਰਮਨੀ ਤੋਂ ਭਾਰਤ ਪਹੁੰਚ ਗਿਆ। ਫਲਾਈਟ ਦੇ ਬੈਂਗਲੁਰੂ ਹਵਾਈ ਅੱਡੇ ਤੇ ਉਤਰਨ ਤੋਂ ਤੁਰੰਤ ਬਾਅਦ SIT ਨੇ ਉਸਨੂੰ ਹਿਰਾਸਤ 'ਚ ਲੈ ਲਿਆ। ਪ੍ਰਜਵਲ ਨੂੰ ਇੱਥੋਂ CID ਦਫ਼ਤਰ ਲਿਆਂਦਾ ਗਿਆ ਜਿੱਥੇ ਉਸਨੂੰ ਰਾਤ ਭਰ ਰੱਖਿਆ ਜਾਏਗਾ। ਮੀਡੀਆ ਰਿਪੋਰਟਾਂ ਮੁਤਾਬਿਕ ਪ੍ਰਜਵਲ ਤੋਂ ਪਹਿਲਾਂ ਪੁੱਛਗਿੱਛ ਕੀਤੀ ਜਾਏਗੀ, ਇਸ ਤੋਂ ਬਾਅਦ ਉਸਦਾ ਮੈਡੀਕਲ ਟੈਸਟ ਕੀਤਾ ਜਾਏਗਾ। ਪ੍ਰਜਵਲ ਨੂੰ ਵੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇੱਥੇ ਪੁਲਿਸ ਉਸਦੀ ਹਿਰਾਸਤ ਦੀ ਮੰਗ ਕਰੇਗੀ। ਇਸ ਦੇ ਨਾਲ ਹੀ ਫੋਰੈਂਸਿਕ ਟੀਮ ਇਸ ਦਾ ਆਡੀਓ ਸੈਂਪਲ ਵੀ ਲਏਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਾਇਰਲ ਸੈਕਸ ਵੀਡੀਓ ਵਿੱਚ ਆ ਰਹੀ ਆਵਾਜ਼ ਪ੍ਰਜਵਲ ਦੀ ਹੈ ਜਾਂ ਨਹੀਂ। ਪ੍ਰਜਵਲ ਨੇ ਮਿਊਨਿਕ ਜਰਮਨੀ ਤੋਂ ਬੈਂਗਲੁਰੂ ਜਾਣ ਵਾਲੀ ਫਲਾਈਟ 'ਚ ਬਿਜ਼ਨਸ ਕਲਾਸ ਦੀ ਟਿਕਟ ਬੁੱਕ ਕੀਤੀ ਸੀ ਤੇ ਭਾਰਤ ਆਉਣ ਤੋਂ ਪਹਿਲਾਂ ਉਹਨਾਂ ਵੱਲੋਂ ਸੈਸ਼ਨ ਕੋਰਟ ਵਿੱਚ ਅਗਾਉਂ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਪ੍ਰਜਵਲ ਦੇ ਖਿਲਾਫ਼ ਤਿੰਨ ਔਰਤਾਂ ਨਾਲ ਛੇੜਛਾੜ ਦੇ 3 ਮਾਮਲੇ ਦਰਜ ਨੇ ਤੇ ਉਹ 26 ਅਪ੍ਰੈਲ ਨੂੰ ਲੋਕ ਸਭਾ ਦੀ ਵੋਟਿੰਗ ਤੋਂ ਬਾਅਦ ਜਰਮਨੀ ਚਲਾ ਗਿਆ ਸੀ ਤੇ ਉਦੋਂ ਤੋਂ ਉਸਦਾ ਕੋਈ ਸੁਰਾਗ ਨਹੀਂ ਸੀ। ਪ੍ਰਜਵਲ ਹਸਨ ਲੋਕ ਸਭਾ ਸੀਟ ਤੋਂ JDS ਦੇ ਉਮੀਦਵਾਰ ਨੇ। ਪੰਜਾਬ ਵਿੱਚ ਜਿੱਥੇ ਆਏ ਦਿਨ ਹੀ ਕਿਸਾਨਾਂ ਵੱਲੋਂ ਕਰਜ਼ੇ ਤੋਂ ਤੰਗ ਹੋ ਕੇ ਖੁਦਕੁਸ਼ੀਆਂ ਕਰਨ ਦਾ ਮਾਮਲੇ ਸਾਹਮਣੇ ਆ ਰਹੇ ਨੇ, ਉੱਥੇ ਹੀ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ 'ਚ ਇੱਕ ਨੌਜਵਾਨ ਵੱਲੋਂ ਆੜ੍ਹਤੀ ਦੇ ਕਰਜ਼ੇ ਤੋਂ ਪਰੇਸ਼ਾਨ ਆ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪਵਨਦੀਪ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਸ਼ਾਹਪੁਰ ਜਾਜਨ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਵਿੱਚ ਪਿੱਛੇ 2 ਬੇਟੇ ਤੇ ਪਤਨੀ ਨੂੰ ਛੱਡ ਕੇ ਮ੍ਰਿਤਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ। ਇਸ ਵੀਡੀਓ 'ਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਇੱਕ ਆੜ੍ਹਤੀ ਨੂੰ ਠਹਿਰਾਇਆ। ਉੱਧਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ। ਫਰੀਦਕੋਟ ਦੇ ਹਲਕਾ ਜੈਤੋ ਦੇ ਪਿੰਡ ਦਲ ਸਿੰਘ ਵਾਲਾ ਦੀ ਇੱਕ ਵਿਧਵਾ ਮਹਿਲਾ ਵੱਲੋਂ SHO ਗੁਰਮੇਹਰ ਸਿੰਘ ਤੇ ਉਸਦੇ ਗਨਮੈਨਾਂ ਤੇ ਗਲਤ ਤਰੀਕੇ ਨਾਲ ਘਰ ਦੀ ਕੰਧ ਟੱਪ ਕੇ ਰੇਡ ਕਰਨ ਦੇ ਦੋਸ਼ ਲਾਏ ਗਏ ਨੇ। ਵਿਧਵਾ ਔਰਤ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਸਦੇ ਘਰ ਦੇ ਦਰਵਾਜ਼ੇ ਭੰਨੇ ਗਏ, ਉਸਦੇ ਥੱਪੜ ਤੱਕ ਮਾਰੇ ਗਏ। ਦੱਸ ਦਈਏ ਕਿ ਰੇਡ ਕਰਨ ਗਈ ਪੁਲਿਸ ਬਗੈਰ ਵਰਦੀ ਤੋਂ ਘਰ ਅੰਦਰ ਪਹੁੰਚੀ ਤਾਂ ਜਦੋਂ ਰਜਿੰਦਰ ਕੌਰ ਨੇ ਪਿੰਡ ਵਾਸੀਆਂ ਨੂੰ ਫੋਨ ਕੀਤਾ ਤੇ ਪਿੰਡ ਵਾਸੀਆਂ ਨੇ ਪੁਲਿਸ ਦੀ ਗੱਡੀ ਨੂੰ ਘੇਰਾ ਪਾ ਲਿਆ ਤੇ SHO ਗੁਰਮੇਹਰ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਸਫਾਈ ਦਿੱਤੀ ਗਈ, ਪਰ ਪਿੰਡ ਵਾਸੀਆਂ ਨੇ SHO ਗੁਰਮੇਹਰ ਸਿੰਘ ਤੇ ਉਹਨਾਂ ਦੇ ਗਨਮੈਨਾਂ ਦੀ ਇੱਕ ਨਾ ਸੁਣੀ। ਮੌਕੇ ਤੇ ਪਹੁੰਚੀ ਫਰੀਦਕੋਟ ਦੀ ਪੁਲਿਸ ਫੋਰਸ ਵੱਲੋਂ ਆਪਣੇ SHO ਨੂੰ ਬੜੀ ਮੁਸ਼ਕਿਲ ਨਾਲ ਪਿੰਡ ਵਾਸੀਆਂ ਦੀ ਭੀੜ ਚੋਂ ਬਾਹਰ ਕੱਢਿਆ ਗਿਆ ਤਾਂ ਹੁਣ ਪੀੜਤਾ ਰਜਿੰਦਰ ਕੌਰ ਵੱਲੋਂ ਛਾਪੇਮਾਰੀ ਨੂੰ ਲੈ ਕੇ ਕਿਸਾਨ ਜਥੇਬੰਦੀ ਉਗਰਾਹਾਂ ਦੀ ਅਗਵਾਈ ਵਿੱਚ ਜੈਤੋ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਗਿਆ, ਜਿਨ੍ਹਾਂ ਜਿਹੇ ਪੁਲਿਸ ਕਰਮੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਾ ਕੇ ਇਸ ਤਰ੍ਹਾਂ ਇੱਕ ਵਿਧਵਾ ਲੇਡੀਜ਼ ਦੇ ਘਰ ਜਾ ਕੇ ਰੇਡ ਕਰਦੀ ਆ, ਉਹਦੇ ਥੱਪੜ ਮਾਰਦੀ ਆ, ਉਹਨਾਂ ਦੇ ਐਲੀਗੇਸ਼ਨ ਸਾਡੇ ਥੱਪੜ ਮਾਰੇ ਆ, ਕਿਵੇਂ ਸਮਝਦੇ ਪੁਲਿਸ ਵਾਸਤੇ ਠੀਕ ਹੈ? ਨਹੀਂ, ਬਿਲਕੁਲ ਗਲਤ ਗੱਲ ਹੈ, ਕਿਸੇ ਨੇ ਥੱਪੜ ਨਹੀਂ ਮਾਰਿਆ, ਕਿਸੇ ਦੀ ਕੋਈ ਪੁਲਿਸ ਦੀ ਐਡੀ ਮੈਲਾ ਫਾਈ ਟੈਨਸ਼ਨ ਮਾੜੀ ਨਹੀਂ ਹੁੰਦੀ ਕਿ ਅਸੀਂ ਕਿ ਵਿਧਵਾ ਦੇ ਘਰ ਜਾਈਏ ਜਾਂ ਕਿਸੇ ਦੇ ਘਰ ਜਾਈਏ। ਜਿਹੜੀ ਇਨਫੋਰਮੇਸ਼ਨ ਆ ਕਿਤੇ ਵੀ ਜਾ ਸਕਦੇ ਆ। DSP ਸਾਹਿਬ ਇਨਕੁਆਇਰੀ ਕਰਦੇ ਪਏ, 15 ਦਿਨ ਦਾ ਟਾਈਮ ਆ, ਜੋ ਇਨਕੁਆਇਰੀ 'ਚ ਆਊਗਾ ਉਹ ਇੰਪਲੀਮੈਂਟ ਹੋ ਜਾਏਗਾ। ਮੀਰੀ ਪੀਰੀ ਦੇ ਮਾਲਕ ਦਾਤਾਬੰਦੀ ਛੋਟ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਹੈ। ਅੱਜ ਮੀਰੀ ਪੀਰ ਤੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸ਼ਹੀਦੀ ਸਮਾਂ ਨੇੜੇ ਆਇਆ ਜਾਣ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕੋਠਾ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ
ਗੁਰਿਆਈ ਦਾ ਤਿਲਕ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਲਗਵਾ ਕੇ ਪੰਜ ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਮੱਥਾ ਟੇਕ ਕੇ ਅਤੇ ਮੀਰੀ ਪੀਰ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਉੱਤੇ ਬਿਰਾਜਮਾਨ ਕੀਤਾ। ਇਤਿਹਾਸ ਦਾ ਜ਼ਿਕਰ ਹੈ, ਹਰਗੋਬਿੰਦ ਕੀ ਬਾਂਹ ਪਕੜਾਈ, ਭਾਈ ਗੁਰਦਾਸ ਜੀ ਨੂੰ ਬਹਿ ਸਮਝਾਇਆ, ਅਸਾਂ ਜਾਣਾ ਹੈ ਲਾਹੌਰ, ਤੁਰਕਾਂ ਨੇ ਕਰਨੀ ਹੈ ਹੁੱਜਤ, ਸਾਡਾ ਲੱਗਣਾ ਹੈ ਸੀਸ, ਇਹ ਨਿਸ਼ਚਾ ਹੈ ਆਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਸ਼ੁਭ ਦਿਹਾੜੇ ਛੇਵੇਂ ਸਤਿਗੁਰੂ ਮੀਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਉੱਤੇ ਬਿਰਾਜਮਾਨ ਕੀਤਾ। ਔਰ ਇਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰਕੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕਰਕੇ ਇੱਕ ਮਹਾਨ ਸੰਗਰਾਮ ਦੀ ਸ਼ੁਰੂਆਤ ਕੀਤੀ ਸੀ। ਔਰ ਉਹ ਜਿਹੜਾ ਸੰਗਰਾਮ ਹੈ ਉਹ ਦਿੱਲੀ ਤਖਤ ਦੇ ਨਾਲ ਖਾਲਸਾ ਪੰਥ ਦਾ ਅੱਜ ਵੀ ਜਾਰੀ ਹੈ। ਸਮੁੱਚੇ ਖਾਲਸਾ ਪੰਥ ਨੂੰ ਮੀਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦੇ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖ਼ਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖ਼ਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।